ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜਿਸ ਵੇਲੇ ਦੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਘਰਵਾਲੀ ਦੇ ਖਾਤੇ ਚੋਂ ਜ਼ਮੀਨ ਵੇਚ ਕੇ 39 ਲੱਖ ਜਮਾ ਕਰਵਾਏ ਪਰ 11 ਰੁਪਏ ਛੱਡ ਗਵਾਂਡੀ ਨਾਲ ਹੋ ਗਈ ਫਰਾਰ ਤਾਜ਼ਾ ਵੱਡੀ ਖਬਰ ਆ ਵੀਡੀਓ ਨੂੰ ਅੰਤ ਤੱਕ ਦੇਖ ਲਿਓ ਤੁਹਾਨੂੰ ਪੂਰੀ ਖਬਰ ਦਾ ਪਤਾ ਲੱਗ ਜਾਏਗਾ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਕਰਦੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ ਦਰਅਸਲ ਬਿਹਾਰ ਦੇ ਵਿੱਚ ਰਹਿਣ ਵਾਲੇ ਇੱਕ ਵਿਅਕਤੀ ਦੇ ਵੱਲੋਂ ਆਪਣੀ ਜਾਦੀ ਜ਼ਮੀਨ ਵੇਚ ਕੇ 29 ਲੱਖ ਰੁਪਏ ਮਾਫ ਕਰਨਾ 39 ਲੱਖ ਰੁਪਏ ਜਿਹੜੇ ਅਕਾਊਂਟ ਦੇ ਵਿੱਚ ਜਮ੍ਹਾਂ ਕਰਵਾਏ ਗਏ ਪਰ ਇਸ ਵਿਅਕਤੀ ਵੱਲੋਂ ਆਪਣੀ ਪਤਨੀ ਉੱਪਰ ਦੋਸ਼ ਲਾਏ ਗਏ ਹਨ ਕਿ ਉਸਦੀ ਪਤਨੀ 39 ਲੱਖ ਰੁਪਏ ਲੈ ਕੇ ਗਵਾਂਡੀਆਂ ਦੇ ਮੁੰਡੇ ਨਾਲ ਜਾਨੀ ਕਿ ਗਵਾਂਡੀ ਦੇ ਨਾਲ ਕਿਤੇ ਫਰਾਰ ਹੋ ਚੁੱਕੀ ਆ ਉਸਦੇ ਅਕਾਊਂਟ ਵਿੱਚ ਸਿਰਫ 11 ਰੁਪਏ ਬਾਕੀ ਬਚੇ ਨੇ ਜ਼ਿਕਰ ਜੋ ਹੈ ਕਿ ਇਸ ਮੈਲਾ ਦੇ 2 ਬੱਚੇ ਵੀ ਹਨ ਇਸ ਘਟਨਾ ਦੇ ਵਾਪਰਨ ਤੋਂ ਬਾਅਦ ਇਸ ਵਿਅਕਤੀ ਦੇ ਵੱਲੋਂ ਉਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਆ ਪੁਲਿਸ ਨੇ ਹੁਣ ਮਾਮਲਾ ਦਰਜ ਕਰਕੇ ਇਸ ਵਿਅਕਤੀ ਦੀ ਪਤਨੀ ਤੇ ਉਹਨਾਂ ਦੇ ਗਵਾਂਡੀ ਦੀ ਪਾਲ ਕੀਤੀ ਜਾ ਰਹੀ ਆ ਬਿਹਾਰ ਦੇ ਬਹਿਟਾ ਕੌੜਿਆਂ ਦੇ ਵਸਨੀਕ ਬ੍ਰਿਜ ਕਿਸ਼ੋਰ ਦਾ ਵਿਆਹ 14 ਸਾਲ ਪਹਿਲਾਂ ਪ੍ਰਭਾਤੀ ਨਾਲ ਹੋਇਆ ਸੀ ਬ੍ਰਿਜ ਕਿਸ਼ੋਰ ਨੇ ਆਪਣੀ ਪ੍ਰਭਾਤੀ ਦੇ ਪਤਨੀ ਪ੍ਰਭਾਤੀ ਦੇਵੀ ਦੇ ਕਹਿਣ ਤੇ ਆਪਣਾ ਜੱਦੀ ਪੁਸ਼ਟੀ ਕਰ 39 ਲੱਖ ਰੁਪਏ ਵਿੱਚ ਵੇਚ ਦਿੱਤਾ ਕਿਰਾਏ ਦੇ ਮਕਾਨ ਤੇ ਰਹਿ ਰਿਹਾ ਸੀ ਪੁਲਿਸ ਨੇ ਆਪਣੀ ਜਾਂਚ ਦੇ ਵਿੱਚ ਪਾਇਆ ਕਿ ਪ੍ਰਭਾਤੀ ਦੇਵੀ ਦਾ ਕਿਸੇ ਦੇ ਨਾਲ ਫੇਰ ਚੱਲ ਰਿਹਾ ਸੀ ਉਸ ਦੇ ਖਾਤੇ ਵਿੱਚੋਂ 26 ਲੱਖ ਦੀ ਟਰਾਂਸਫਰ ਕੀਤੀ ਗਈ ਬਾਕੀ ਪੈਸੇ ਉਸ ਨੇ ਚੈੱਕ ਰਾਹੀਂ ਕਢਵਾਏ ਨੇ ਫਿਲਹਾਲ ਪੁਲਿਸ ਇਸ ਮਾਮਲੇ ਦੀ ਸੰਬੰਧੀ ਜੜੀ ਜਾਂਚ ਕੀਤੀ ਜਾ ਰਹੀ ਹੈ ਜਾਂਚ ਪੜਤਾਲ ਬਹੁਤ ਜ਼ਿਆਦਾ ਬਰੀਕੀ ਨਾਲ ਕੀਤੀ ਜਾ ਰਹੀ ਹੈ ਕਿਉਂਕਿ ਮਾਮਲਾ ਬਹੁਤ ਵੱਡਾ ਹੈ ਤੁਹਾਡੇ ਕੀ ਵਿਚਾਰ ਨੇ ਤੁਸੀਂ ਕਮੈਂਟ ਸੈਕਸ਼ਨ ਚੋ ਦੋਸਤੋ ਜਰੂਰ ਲਿਖੋ ਧੰਨਵਾਦ